ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਹਰਪ ਸੰਧੂ ਵੱਲੋਂ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਵੇਲਸ, ਜਿਹੜਾ ਕਿ ਇੰਗਲੈਂਡ ਦਾ ਗੁਆਂਢੀ ਮੁਲਕ ਆ। ਅਤੇ ਚਲੋ ਮਿਲਦੇ ਹਾਂ ਜੀ ਫਿਰ ਵੇਲਸ ਜਾ ਕੇ, ਦੇਖਦੇ ਹਾਂ ਉੱਥੇ ਦੀ ਖੂਬਸੂਰਤੀ। ਐਕਚੁਲੀ ਉੱਥੇ ਆਪਾਂ ਇੱਕ ਜਗ੍ਹਾ 'ਤੇ ਜਾ ਰਹੇ ਹਾਂ ਜਿਹੜੀ ਕਿ ਵੇਲਸ ਦੀ ਮਾਊਂਟੇਨ ਐਵਰੈਸਟ ਆ, ਯਾਨੀ ਕਿ ਹਾਈਐਸਟ ਪਲੇਸ ਆ, ਪਹਾੜੀ ਹੈ ਜਿਹਦੇ 'ਤੇ ਆਪਾਂ ਚੜ੍ਹਨਾ ਜਾ ਕੇ। ਅਤੇ ਸੁਣਿਆ ਕਿ ਉੱਥੇ ਠੰਡ ਵੀ ਕਾਫੀ ਆ, ਵੈਸੇ ਇੰਗਲੈਂਡ ਦੇ ਵਿੱਚ ਇਸ ਟਾਈਮ ਬੜੀ ਗਰਮੀ ਪੈ ਰਹੀ ਆ। ਅਤੇ ਦੇਖਦੇ ਹਾਂ ਉੱਥੇ ਜਾ ਕੇ ਕਿਹੋ ਜਿਹਾ ਮਾਹੌਲ ਆ, ਮਿਲਦੇ ਹਾਂ ਜੀ ਫਿਰ ਵੇਲਸ ਜਾ ਕੇ। ਵੇਲਸ ਵੇਲਸ ਪਹੁੰਚ ਚੁੱਕੇ ਆਪਾਂ ਜੀ। ਇਹ ਕਾਲੀ ਟੈਸਲਾ ਪਾਰਕ ਕਰ ਦਿੱਤੀ ਇੱਥੇ। ਨਹੀਂ ਨਹੀਂ ਮਜ਼ਾਕ ਕਰ ਰਿਹਾ, ਇਹ ਕਾਲੀ ਟੈਸਲਾ ਤਾਂ ਹੋਰ ਕਿਸੇ ਦੀ ਆਪਣੀ ਗੱਡੀ ਤੋਂ ਥੋੜ੍ਹੀ ਦੂਰ ਖੜ੍ਹੀ ਆ। ਇੱਥੋਂ ਹੁਣ ਸਾਰਾ ਜਿਹੜਾ ਆਪਾਂ ਤੁਰ ਕੇ ਹੀ ਜਾਣਾ, ਪਹਾੜੀ ਰਸਤਾ ਜਿਹੜਾ ਸਟਾਰਟ ਹੋ ਜਾਣਾ। ਸਟਾਰਟਿੰਗ ਦੇ ਵਿੱਚ ਜਿਹੜਾ ਰਸਤਾ ਬਹੁਤ ਸਮੂਥ ਆ, ਜਿੱਦਾਂ ਨੋਰਮਲ ਰੋਡ ਦੀ ਤਰ੍ਹਾਂ ਹੁੰਦਾ, 2-3 ਮਾਈਲ। ਉਸ ਤੋਂ ਬਾਅਦ ਜਿਹੜਾ ਆ ਟਫ ਹੋ ਜਾਣਾ, ਹਾਰਡ ਹੋ ਜਾਣਾ। ਸਾਰੀ ਸਟ੍ਰੈਚਿੰਗ ਹੋ ਗਈ। ਲਗਭਗ 8 ਮਾਈਲ ਦਾ ਰਾਹ ਜਿਹੜਾ ਆ ਆਪਾਂ ਨੂੰ ਤੈਅ ਕਰਨਾ ਪੈਣਾ ਪਹਾੜ ਦੀ ਚੋਟੀ 'ਤੇ ਪਹੁੰਚਣ ਤੱਕ ਦੇ ਲਈ। ਅਤੇ ਜਿਹੜਾ ਅੱਜ ਮੌਸਮ ਆ ਉਹ ਬੜਾ ਸਖਤ ਆ, ਉਮੀਦ ਕਰਦੇ ਕਿ ਉੱਪਰ ਜਾ ਕੇ ਥੋੜ੍ਹੀ ਜਿਹੀ ਨਰਮੀ ਹੋਊਗੀ ਮੌਸਮ ਦੇ ਵਿੱਚ। ਚਲੋ ਜੀ ਕਰਦੇ ਹਾਂ ਸਫ਼ਰ ਸਟਾਰਟ। ਵਾਹ ਜੀ ਵਾਹ, ਕਿਆ ਖੂਬਸੂਰਤ ਨਜ਼ਾਰਾ ਹੈ। ਝਰਨਿਆਂ ਦੇ ਰੂਪ ਦੇ ਵਿੱਚ ਪਾਣੀ ਪਹਾੜਾਂ ਤੋਂ ਆਉਂਦਾ ਹੋਇਆ, ਜਿਹੜਾ ਕਿ ਥੱਲੇ ਜਾ ਕੇ ਇੱਕ ਝੀਲ ਦਾ ਰੂਪ ਅਖਤਿਆਰ ਕਰਦਾ। ਬਹੁਤ ਸੋਹਣਾ ਦ੍ਰਿਸ਼ ਨਜ਼ਰ ਆਉਂਦਾ ਜਦੋਂ ਤੁਸੀਂ ਉੱਪਰੋਂ ਦੇਖਦੇ ਹਾਂ। ਅਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ, ਰਸਤਾ ਜਿਹੜਾ ਆ ਹੁਣ ਥੋੜ੍ਹਾ ਜਿਹਾ ਹਾਰਡ ਹੋ ਗਿਆ ਆ, ਅਤੇ ਜਿੱਦਾਂ ਜਿੱਦਾਂ ਆਪਾਂ ਅੱਗੇ ਜਾਣਾ ਹੋਰ ਵੀ ਸਖਤ ਹੋਈ ਜਾਣਾ। ਪੱਥਰੀਲਾ ਰਸਤਾ ਜਿਹੜਾ ਆ ਉਹ ਹੁਣ ਸਟਾਰਟ ਹੋ ਚੁੱਕਿਆ, ਪਰ ਜਿਹੜਾ ਵਿਊ ਆ ਉਹ ਬਹੁਤ ਹੀ ਰਮਣੀਕ ਲੱਗ ਰਿਹਾ, ਬਹੁਤ ਸੋਹਣਾ ਲੱਗ ਰਿਹਾ ਆ ਜੋ ਆਪਾਂ ਚਾਰੇ ਪਾਸੇ ਦੇਖਦੇ ਹਾਂ। ਅਤੇ ਆਹ ਜਿਹੜੀ ਆ ਇਹ ਆ ਜੀ ਪਹਾੜੀ ਦੀ ਚੋਟੀ ਜਿੱਥੇ ਆਪਾਂ ਪਹੁੰਚਣਾ ਅੱਜ। ਦੇਖੋ ਕਿੰਨਾ ਸੋਹਣਾ ਜਿਹੜਾ ਵਿਊ ਇੱਥੋਂ ਦਿਖ ਰਿਹਾ ਹੈ, ਨੀਲਾ ਪਾਣੀ, ਗ੍ਰੀਨਰੀ, ਬਹੁਤ ਸਕੂਨ ਮਿਲ ਰਿਹਾ। ਪਰ ਰਸਤਾ ਜਿਹੜਾ ਕਿ ਖਤਰਨਾਕ ਹੁੰਦਾ ਜਾ ਰਿਹਾ, ਇੱਕ ਪਾਸੇ ਖਾਈ ਆ ਅਤੇ ਦੂਸਰੇ ਪਾਸੇ ਉੱਚੇ ਉੱਚੇ ਪਹਾੜ ਆ, ਕਾਫੀ ਡੇਂਜਰਸ ਅੱਗੇ ਤੋਂ ਅੱਗੇ ਹੁੰਦਾ ਜਾ ਰਿਹਾ ਰਸਤਾ। ਅਤੇ ਵੈਦਰ ਵੀ ਜਿਹੜਾ ਬਹੁਤ ਸਖਤ ਆ, ਗਰਮੀ ਬਹੁਤ ਜ਼ਿਆਦਾ ਆ। ਆਹ ਬੰਦੇ ਨੇ, ਇਹਨੇ ਤਾਂ ਵਿਚਾਰੇ ਨੇ ਗਿਵ ਅਪ ਕਰ ਦਿੱਤਾ, ਕਹਿੰਦਾ ਇੱਥੋਂ ਹੀ ਮੁੜ ਜਾਣਾ ਮੈਂ, ਹਾੜ ਆ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ। ਲਓ ਜੀ ਆਪਾਂ ਰਹੋਗੇ ਉੱਥੇ ਜਾਣਾ ਆਪਾਂ, ਕਾਫੀ ਹੱਦ ਤੱਕ ਆਪਾਂ ਕੰਮ ਜਿਹੜਾ ਖਿੱਚ ਦਿੱਤਾ, ਪਹਾੜ ਜਿਹੜੇ ਥੱਲੇ ਰਹਿ ਗਏ ਆਪਾਂ ਉੱਪਰ ਆ ਗਏ। ਅਤੇ ਜਰਨੀ ਆਪਾਂ ਜਿਹੜੀ ਜਾਰੀ ਰੱਖਾਂਗੇ ਸਟੈਪ ਬਾਏ ਸਟੈਪ। ਕੁਛ ਲੋਕ ਥੱਲੇ ਵੀ ਆ ਰਹੇ ਆ, ਕਾਫੀ ਦੂਰ ਇੱਥੇ ਬਹਿ ਕੇ ਰੈਸਟ ਕਰ ਰਿਹਾ। ਰਸਤਾ ਕਾਫੀ ਡੇਂਜਰਸ ਆ, ਪਰ ਮੈਂ ਤਾਂ ਇਹੀ ਕਹੂੰਗਾ ਜੀ ਕੁਛ ਨਾ ਕੁਛ ਇਹੋ ਜਿਹਾ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਕਿ ਮਨ ਨੂੰ ਸਕੂਨ ਮਿਲੇ, ਘਰ ਤੋਂ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਆਪਾਂ ਮੈਂਟਲੀ ਵੈਲ ਰਹੀਏ, ਕਿਉਂਕਿ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ। ਸਰੀਰ ਨੂੰ ਹਾਲਾਂਕਿ ਤਕਲੀਫ ਹੁੰਦੀ ਆ, ਪਰ ਮਨ ਨੂੰ ਬਹੁਤ ਸਕੂਨ ਮਿਲਦਾ। ਟਾਰਗੇਟ ਲਓ ਜੀ, ਟਾਰਗੇਟ ਦੇ ਨੇੜੇ ਪਹੁੰਚ ਚੁੱਕੇ ਹਾਂ, ਬਹੁਤ ਕੰਮ ਖਿੱਚਿਆ ਪਰ ਹਾਲੇ ਵੀ ਮੰਜ਼ਿਲ ਦੂਰ ਹੈ। ਅਤੇ ਤੁਰੇ ਜਾਂਦੇ ਹਾਂ ਜ਼ਿਆਦਾ ਡੇਂਜਰਸ ਹੈ ਜੀ,
ਇਹ ਤਾਂ ਮੈਂ ਗਲਤ ਆ ਗਿਆ। ਥੋੜ੍ਹਾ ਜਿਹਾ ਗਲਤ ਆ ਗਿਆ ਪਰ ਲਓ ਜੀ ਆਖਿਰਕਾਰ ਪਹੁੰਚ ਗਏ ਆਪਾਂ ਮੰਜ਼ਿਲ 'ਤੇ। ਮਾਈ ਗੋਡ ਬੰਦੇ ਕਿੱਦਾਂ ਕੀੜੀਆਂ ਵਰਗੇ ਲਾ ਲਿਆ। ਸਾਰੇ ਲੋਕ ਆਏ ਹੋਏ ਆ। ਆਹ ਜਿਹੜਾ ਦੂਸਰਾ ਐਂਡ ਆ ਬਹੁਤ ਜ਼ਿਆਦਾ ਉਚਾਈ 'ਤੇ ਹੈ ਜੀ। ਇਹ UK ਦੀ ਸੈਕਿੰਡ ਹਾਈਐਸਟ ਮਾਊਂਟੇਨ ਆ। ਅਤੇ ਨਾਮ ਇਹਦਾ ਹੈਗਾ ਕੋਪਾ ਕੋਪਾ ਸਮਿਤ। ਅਤੇ ਪਹਾੜੀਆਂ ਜਿਹੜੀਆਂ ਆ ਇਹਨਾਂ ਨੂੰ ਕਹਿੰਦੇ ਆ ਸਨੋਡਨ ਰੇਂਜ। ਅਤੇ ਆਹ ਵਿਊ ਹੈ ਜੀ ਦੇਖ ਲਓ, ਨਾਲ ਦੀ ਨਾਲ ਕੁਝ ਇੱਕ ਤਸਵੀਰਾਂ ਜਿਹੜਾ ਕਿ ਵਿਊ ਆਪਾਂ ਨੂੰ ਉੱਪਰੋਂ ਨਜ਼ਰ ਆ ਰਿਹਾ। ਬਾਕੀ ਸਾਰੀਆਂ ਪਹਾੜੀਆਂ ਥੱਲੇ ਰਹਿ ਗਈਆਂ। ਆਪਾਂ ਸਿਰੇ ਦੇ ਉੱਤੇ ਬੈਠੇ ਹਾਂ ਜਿਹੜਾ ਕਿ ਤੁਸੀਂ ਵਿਊ ਦੇਖ ਰਹੇ ਹੋ ਇਸ ਵਕਤ। ਥੋੜ੍ਹੀ ਦੇਰ ਰੈਸਟ ਕਰਕੇ ਫਿਰ ਆਪਾਂ ਵਾਪਸ ਜਾਣ ਦੀ ਤਿਆਰੀ ਕਰ ਲੈਣੀ ਆ। ਮਿਲਦੇ ਬ੍ਰੇਕ ਤੋਂ ਬਾਅਦ। ਥੋੜ੍ਹਾ ਸਮਾਂ ਆਰਾਮ ਕਰਨ ਤੋਂ ਬਾਅਦ ਥੱਲੇ ਜਾਣ ਦੀ ਤਿਆਰੀ ਹੈ ਜੀ। ਕਾਫੀ ਸੋਹਣਾ ਮਾਹੌਲ ਇੱਥੇ ਲੱਗਾ, ਕਾਫੀ ਜ਼ਿਆਦਾ ਗੈਦਰਿੰਗ ਹੈ, ਕਾਫੀ ਜ਼ਿਆਦਾ ਅੱਜ ਲੋਕ ਆਏ ਹੋਏ ਆ। ਅਤੇ ਮੌਸਮ ਵੀ ਜਿਹੜਾ ਉੱਪਰ ਥੋੜ੍ਹਾ ਜਿਹਾ ਥੱਲੇ ਨਾਲੋਂ ਵਧੀਆ ਆ, ਇੰਨੀ ਜ਼ਿਆਦਾ ਗਰਮੀ ਨਹੀਂ ਹੈਗੀ ਉੱਪਰ, ਪਰ ਉੱਨੀ ਠੰਡ ਵੀ ਨਹੀਂ ਹੈਗੀ ਜਿੰਨੀ ਕਿ ਉਮੀਦ ਕੀਤੀ ਸੀਗੀ। ਹਾਲੇ ਵੀ ਕਾਫੀ ਲੋਕ ਜਿਹੜੇ ਆ ਉਹ ਆ ਰਹੇ ਆ, ਕੁਛ ਵਾਪਸ ਵੀ ਜਾ ਰਹੇ ਆ, ਲਾਈਨਾਂ ਲੱਗੀਆਂ ਹੋਈਆਂ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ। ਪਰ ਜਿਹੜਾ ਆ ਵਿਊ ਆ, ਆ ਜਿਹੜਾ ਕੁਦਰਤ ਦਾ ਆ ਨੇਚਰ ਦਾ ਜਿਹੜਾ ਦ੍ਰਿਸ਼ ਆ, ਇਹ ਦੇਖਦੇ ਨਹੀਂ ਬਣਦਾ, ਇਹਦੀ ਕੋਈ ਕੀਮਤ ਨਹੀਂ, ਇਹ ਬੇਸ਼ਕੀਮਤੀ ਆ। ਬਹੁਤ ਹੀ ਦਿਲਕਸ਼ ਨਜ਼ਾਰਾ ਜਿਹੜਾ ਆ ਉਹ ਦਿਖਾਈ ਦੇ ਰਿਹਾ ਇੱਥੋਂ, ਰੀਅਲੀ ਬਿਊਟੀਫੁਲ। ਚਲੋ ਜੀ ਚੱਲੀਏ ਫਿਰ ਥੱਲੇ ਨੂੰ। ਆਪਾਂ ਪਹੁੰਚ ਚੁੱਕੇ ਹਾਂ ਜੀ ਅੱਧ ਵਿੱਚ ਵਾਪਸੀ ਦੇ ਦੌਰਾਨ। ਜਿੱਦਾਂ ਕਿ ਤੁਸੀਂ ਪਿੱਛੇ ਦੇਖ ਰਹੇ ਵਿਊ ਸੋਹਣੇ ਸੋਹਣੇ, ਅਤੇ ਆਪਾਂ ਜੇ ਮੈਂ ਤੁਹਾਨੂੰ ਕੈਮਰਾ ਸੈੱਟ ਕਰਕੇ ਦਿਖਾ ਲਾ ਤਾ, ਉਹ ਜਿਹੜਾ ਪਾਣੀ ਝੀਲ ਹੈ ਉੱਥੇ ਜਾਣਾ ਆਪਾਂ, ਅਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਜੀ। ਥੱਕ ਗਏ ਕਾਫੀ, ਪਰ ਹੁਣ ਥੋੜ੍ਹੇ ਬੱਦਲ ਹੋਏ ਜਿਹਦੇ ਕਰਕੇ ਰਾਹਤ ਮਿਲੀ ਆ, ਅਤੇ ਚਲੋ ਮਿਲਦੇ ਹਾਂ ਜੀ ਉੱਥੇ ਝੀਲ ਦੇ ਕੋਲ ਜਾ ਕੇ। ਵਾਪਸੀ ਦੇ ਦੌਰਾਨ ਆਪਾਂ ਪਹੁੰਚ ਚੁੱਕੇ ਹਾਂ ਝੀਲ ਦੇ ਉੱਤੇ, ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਆ ਅਤੇ ਲੋਕਾਂ ਨੇ ਜਿਹੜਾ ਇੱਥੇ ਇਸ਼ਨਾਨ ਕਰਨ ਦਾ ਮਨ ਬਣਾ ਲਿਆ, ਲੋਕ ਨਹਾਉਣ ਲੱਗ ਪਏ। ਸੋ ਝੀਲ ਨਾ ਹੋ ਕੇ ਇੱਕ ਬੀਚ ਦਾ ਰੂਪ ਧਾਰਨ ਕਰ ਚੁੱਕੀ ਹੈ ਜੀ, ਬਿਲਕੁਲ ਬੀਚ ਵਰਗਾ ਮਾਹੌਲ ਬਣਿਆ ਹੋਇਆ, ਲੋਕ ਆਪਣੇ ਆਪ ਨੂੰ ਕੂਲ ਡਾਊਨ ਕਰ ਰਹੇ ਆ। ਅਤੇ ਆਪਾਂ ਜਿਹੜਾ ਆ ਸਫ਼ਰ ਇੱਥੋਂ ਹੁਣ ਅੱਗੇ ਜਾਰੀ ਰੱਖਾਂਗੇ। ਜਿਹੜਾ ਰਸਤਾ ਆ ਮੋਸਟਲੀ ਸਮੂਥ ਰਸਤਾ ਹੈ ਅੱਗੇ ਸਾਰਾ, ਜਿਹੜਾ ਕਿ ਆਪਾਂ ਸਟਾਰਟਿੰਗ ਦੇ ਵਿੱਚ ਦੇਖਿਆ ਸੀ। ਇਹ ਬਸ ਆਪਣਾ ਆਖਰੀ ਪਿੰਡ ਆਇਆ ਜਿਹੜਾ 2-3 ਮਾਈਲ ਦਾ ਹੁਣ ਰਹਿੰਦਾ, ਉਸ ਤੋਂ ਬਾਅਦ ਘਰ ਵਾਪਸੀ ਹੋ ਜਾਣੀ ਹੈ ਜੀ। ਬਹੁਤ ਹੀ ਇੰਜੋਏ ਕੀਤਾ ਅੱਜ ਅਸੀਂ, ਇੰਨਾ ਗਰਮ ਹੋਣ ਦੇ ਬਾਵਜੂਦ ਵੀ, ਵੈਦਰ ਦੇ ਇੰਨਾ ਗਰਮ ਹੋਣ ਦੇ ਬਾਵਜੂਦ ਵੀ ਰੀਅਲੀ ਇੰਜੋਏਡ ਇਟ। ਲਓ ਜੀ ਆਪਾਂ ਆ ਗਏ ਹਾਂ ਗੱਡੀਆਂ ਦੇ ਕੋਲ ਜਿੱਥੇ ਆਪਾਂ ਗੱਡੀ ਪਾਰਕ ਕੀਤੀ ਸੀਗੀ। ਦਿਨ ਵੀ ਥੋੜ੍ਹਾ ਢਲ ਚੁੱਕਿਆ ਆ ਜਿਸ ਤਰ੍ਹਾਂ ਕਿ ਆਪਾਂ ਨੂੰ ਦਿਖਾਈ ਦੇ ਰਿਹਾ, ਮੌਸਮ ਵੀ ਥੋੜ੍ਹਾ ਜਿਹਾ ਅੱਗੇ ਨਾਲੋਂ ਠੰਡਾ ਹੋ ਚੁੱਕਿਆ। ਮਿਲਦੇ ਘਰ ਜਾ ਕੇ ਜੀ, ਥੈਂਕ ਯੂ। ਨਾਲੇ ਘਰ ਵਾਪਸੀ ਹੋ ਚੁੱਕੀ ਆ, ਅਤੇ ਅੱਜ ਬਹੁਤ ਵਧੀਆ ਦਿਨ ਰਿਹਾ ਸਾਡਾ, ਕਾਫੀ ਘੁੰਮੇ, ਅਤੇ ਉਮੀਦ ਕਰਦੇ ਕਿ ਤੁਹਾਨੂੰ ਵੀਡੀਓ ਪਸੰਦ ਆਊਗੀ, ਅਤੇ ਕਮੈਂਟ ਅਤੇ ਲਾਈਕ ਜ਼ਰੂਰ ਕਰ ਦਿਓ।
ਅਤੇ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਲੈਣਾ ਜਿਹਨਾਂ ਨੇ ਨਹੀਂ ਕੀਤਾ। ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।